ਅਸਲਾਮ ਵਾਲੇਕੁਮ। ਉਮੀਦ ਹੈ ਸਾਰੇ ਭੈਣ ਭਰਾ ਠੀਕ ਠਾਕ ਹੋ ਸੋ, ਖੈਰ ਖਰੀਅਤ ਨਾਲ ਹੋ ਸੋ। ਬਾਬਾ ਜੀ, ਇੱਕ ਦੂਜੇ ਦਾ ਖਿਆਲ ਰੱਖੀ ਰਹੇ ਹੋ ਸੋ, ਨਿੱਕਿਆਂ ਬੜਿਆਂ ਦਾ ਖਿਆਲ ਰੱਖੀ ਰਹੇ ਹੋ ਸੋ, ਕਿਉਂਕਿ ਮੌਸਮ ਇੱਕਦਮ ਤਬਦੀਲ ਹੋਣਾ ਆ। ਠੰਡ ਹੋਈ ਜਾਣੀ ਹੈ, ਗਰਮੀ ਵੀ ਆਈ ਜਾਣੀ ਹੈ, ਕੋਈ ਸਮਝ ਨਹੀਂ ਲੱਗੀ ਰਹੀ। ਤਾਂ ਬੜਿਆਂ ਬਜ਼ੁਰਗਾਂ ਦਾ ਵੀ ਖਿਆਲ ਰੱਖੋ ਅਤੇ ਨਿੱਕਿਆਂ ਬੱਚਿਆਂ ਦਾ ਵੀ ਖਾਸ ਖਿਆਲ ਰੱਖੋ। ਬਾਬਾ ਜੀ, ਆਂਢ ਗੁਆਂਢ ਤਾਂ ਤੁਸੀਂ ਖਿਆਲ ਰੱਖਣਾ ਹੀ, ਉਹ ਤਾਂ ਬਣੇ ਦੀ ਲੋੜ ਹੀ ਨਹੀਂ। ਬਾਬਾ ਜੀ, ਰਮਜ਼ਾਨ ਦਾ ਮਹੀਨਾ ਆਖਰੀ ਅਸ਼ਰੇ 'ਚ ਜਾਈ ਰਿਹਾ ਆ, ਤਾਂ ਮੇਰੀ ਤਰਫੋਂ ਫਿਰ ਇੱਕ ਵਾਰੀ ਸਾਰਿਆਂ ਕੀ ਰਮਜ਼ਾਨ ਮੁਬਾਰਕ। ਅਤੇ ਅੱਜ ਨੇ ਜਿਹੜਾ ਤੁਸੀਂ ਰੋਜ਼ਾ ਆ, ਇਹ ਖੈਰ ਖਰੀਅਤ ਨਾਲ ਪੂਰਾ ਹੋਇਆ ਹੈ ਬਾਬਾ ਜੀ। ਤਾਂ ਅੱਲਾਹ ਤਾਲਾ ਤੁਸਾਂ ਕੀ ਸਿਹਤ ਦੇ ਹੀ ਰੱਖਿਆ, ਹਿੰਮਤ ਤੰਦਰੁਸਤੀ ਦੇ ਹੀ ਰੱਖਿਆ, ਤਾਂ ਤੁਸਾਂ ਕੀ ਰੋਜ਼ੇ ਰੱਖਣੇ ਦੀ ਹਿੰਮਤ ਹੈ। ਤਾਂ ਬਾਬਾ ਜੀ, ਮੈਂ ਅਫਤਾਰੀਆਂ ਦੀਆਂ ਵਲੌਗ ਬਣਾਈਆਂ ਦੋ ਤਰੈ, ਤੇ ਤੁਸਾਂ ਤੱਕਿਆ ਹੋ ਸੀ ਮੈਨਚੈਸਟਰ ਦਾ ਵੀ ਦਰਗਾਹ ਪਿਛੇ ਵੀ। ਤੇ ਬਾਬਾ ਜੀ, ਹੁਣ ਇੱਕ ਦਿਹਾੜਾ ਗਿਆ ਆ ਮੈਂ ਇੱਥੇ ਫਜ਼ਾਨੇ ਮਦੀਨਾ 'ਚ, ਤੇ ਉੱਥੇ ਕਿਚਨੇ 'ਚ ਜਾਣ ਦਾ ਇਤਫਾਕ ਹੋਇਆ ਆ। ਤੇ ਕਿਚਨੇ 'ਚ ਬਾਬਾ ਜੀ, ਅਸਾਂ ਤਾਂ ਅਫਤਾਰੀ ਕਰਨੇ ਆ, ਫਰੂਟ ਸ਼ਰੂਟ ਕੱਟਿਆ ਹੋਣਾ, ਜੋ ਕੁਝ ਵੀ ਅੱਗੇ ਟਿਕਾ ਹੋਣਾ, ਖਾਈ ਤੇ ਰਾਹ ਪੂਰੀ ਸੀ। ਤੇ ਉੱਥੇ ਕਿਚਨੇ 'ਚ ਤੱਕਿਆ, ਉਹ ਤਾਂ ਬਾਬਾ ਜੀ ਵੱਡਾ ਕੰਮ ਹੈ ਉੱਥੇ ਕਿਚਨੇ 'ਚ, ਉਹਨਾਂ ਜਣਿਆਂ ਦੀ ਹਿੰਮਤ ਹੈ ਜਿਹੜੇ ਇਤਨਾ ਕੰਮ ਕਰਨੇ ਨੂੰ, ਉੱਥੇ ਅਫਤਾਰੀ ਵਾਸਤੇ ਸਾਰਾ ਕੁਝ ਇੰਤਜ਼ਾਮ ਕਰਨੇ ਨੂੰ, ਦੌੜੋ ਦੌੜ ਉਹਨਾਂ ਨੇ ਲੱਗੀ ਵੀ ਹੋਣੀ ਹੈ। ਤੇ ਬਾਬਾ ਜੀ, ਨਾਲੋ ਨਾਲ ਰੋ ਤੇ ਜੁਲੇ ਅੱਜ ਫਜ਼ਾਨੇ ਮਦੀਨਾ 'ਚ, ਤੇ ਕਿਚਨੇ 'ਚ ਤੁਸੀਂ ਦੱਸਣੇ ਆ ਕਿ ਕਿਚਨੇ 'ਚ ਕਿਆ ਕੁਝ ਅੱਜ ਬਣਾਈ ਰਹੇ ਨੇ, ਕਿਆ ਤਿਆਰੀ ਹੋਈ ਰਹੀ ਹੈ, ਤੇ ਨਾਲੇ ਕਿਚਨੇ 'ਚ ਕਿਹੜੇ ਕਿਹੜੇ ਬੰਦੇ ਨੇ, ਉਹਨਾਂ ਨਾਲ ਮਿਲਣੇ। ਬਾਬਾ ਜੀ, ਨਾਲੋ ਨਾਲ ਰੋ। ਬਾਬਾ ਜੀ, ਮੌਸਮ ਬੜਾ ਖਰਾਬ ਹੈ, ਤਾਂ ਵਾਹ ਵੀ ਬੜੀ ਤੇਜ਼ ਚੱਲਦੀ ਸੀ, ਬਾਲ ਖਰਾਬ ਹੋਈ ਗਏ। ਤਾਂ ਕੌਣ ਬਾਂਕੀ ਖਲਤੀ ਵੀ ਨਾ, ਬਾਂਕੀ ਅੱਜ ਗਈ ਸੀ ਬਾਬਾ ਜੀ ਚੈੱਕਅਪ ਕਰਾਉਣੇ ਵਾਸਤੇ, ਉਹ ਜਿਹੜਾ ਅਪੋਇੰਟਮੈਂਟ ਲੱਭੀ ਹੋਈ ਸੀ, ਸੋਫਟਵੇਅਰ ਅਪਡੇਟ ਹੋ ਸੀ, ਇਹ ਸੋਫਟਵੇਅਰ ਉੱਥੇ ਗਏ 3-4 ਘੰਟੇ ਉਹਨਾਂ ਬਾਲੀ ਰੱਖਿਆ, ਤਾਂ ਉਹਨਾਂ ਆਇਆ ਕੋ ਨਹੀਂ ਆਸਣ, ਤਾਂ ਇੱਥੇ ਕੁਝ ਵੀ ਨਹੀਂ ਇਸ਼ੂ ਹੋਣਾ, ਤੇ ਹੁਣ ਜਿੱਦਾਂ ਫਿਰ ਕੋਈ ਮੈਸੇਜ ਆਇਆ ਤਾਂ ਫਿਰ ਕਿੰਨੀ ਨੇ ਤਾਂ ਫਿਰ ਤੱਕ ਠੀਕ। ਹੁਣ ਆਈ ਗਿਆ ਫਜ਼ਾਨੇ ਜਾਮਿਆ ਤੋਂ ਮਦੀਨਾ, ਕਾਰ ਪਾਰਕ ਇਸਨੀ ਬਹੁਤ ਬੜੀ ਕਾਰ ਪਾਰਕ ਹੋਈ ਗਈ ਹੈ, ਪਹਿਲੇ ਥੋੜ੍ਹੀ ਨਿੱਕੀ ਹੋਣੀ ਸੀ, ਹੁਣ ਕਾਫੀ ਬੜੀ ਕਾਰ ਪਾਰਕ ਹੋਈ ਗਈ। ਤਾਂ ਇੱਧਰ ਅਸਲਾਮੁਅਲੈਕੁਮ। ਮੈਂ ਆਇਆ, ਮੈਂ ਕੈਮਰਾ ਨਾਲ ਚਾਹੀਦਾ ਅੱਜ ਬਣਾਈ ਦੱਸਾਂ, ਇੱਥੇ ਅੰਦਰ ਇਤਨਾ ਸੋਹਾ ਕੰਮ ਨਹੀਂ, ਤੇ ਬੜਾ ਔਖਾ ਕੰਮ ਹੈ ਇੱਥੇ। ਇਹ ਤਾਂ ਦੱਸਣਾ ਕਿ ਕਿਸ ਤਰ੍ਹਾਂ ਰੈਡੀ ਹੋਣਾ ਆ ਜੀ। ਸਾਲੇ ਤਿਆਰ ਹੋਈ ਰੇ, ਗੋਸ਼ਤ ਤਿਆਰ ਹੋਈ ਗਿਆ, ਅੱਜ ਤਾਂ ਕੋਈ ਜਲਦੀ ਆਈ ਗਏ ਹੋ, ਫੰਕਸ਼ਨ ਬਣਾਇਆ ਆਪਣੇ ਸੁਣ, ਰਾਜਾ ਰਾਣੇ ਨਾਲ ਤਿਆਰ ਕਰੀ ਤੇ ਜਾ ਸਕਦਾ। ਕਿਆ ਬਣੀ ਰਿਹਾ ਏ? ਵਾਲੇਕੁਮ ਸਲਾਮ। ਚਲ
دوست تیار ہوئی ہوئی باپ تیار ایک ہے چیز ہے جی کدو آنا حلوا واہ جی واہ اے میں کہہ نہیں دیکھا دیکھا بیور نے ہتھاں نہ کدو نہ حلوا نہیں کھادا مار کھادی ہو سی بھائی کھاؤ اس لیے کھا تھا کتبو کھولو لیم قورما ادھر پکوڑے لیم کڑائی اس نے تو بنا سا بھائی جا نال کم کرنے نال تھوڑا تھوڑا وہ دسا بھائی اتنا سوہا نہیں باہر گئی تو افطاری کرنا بڑا سوہا آ ہاں اچھا وہ نیچا بنی جا سن اچھا ڈی فروسٹ ہوئے بابا جی پکوڑے تو بند کری جڑے بس بابا جی پکوڑے پیڑے بنائی تو رکھے امجد آج نان بن سن رام سکون نان بنانے والا تو ایکسپیرینس بندہ اسی اسی اور پانی شانی بس نہیں آئی ہے اچھا پنک چاہ سی یا کشمیری چاہ سی کشمیری چاہ کشمیری چاہ جی ہلو آج نان تیار ہے ادھر وہ گرل آن ہوئی ہے کوئی نہیں واہ جی واہ دیسی نسخے بھائی معصوم اور بنائی رہے ہیں پستہ بادام تسیں کوئی جو کوئی لبا بھائی چھوڑیا نہیں جتنا آڈر ٹھیک ہے ٹھیک ہے تیار آہو آئی جو ہے رائے صاحب بھی آئے گئے نے ہیلپ کرنے واسطے اور کچھ نہیں منا ہیلپ تسا کرنے ہو ہارڈ ہارڈ کم تسا کرنے ہو لگے ہوئے تو فلم اپنی بنانا نان بنا رہے ہیں بعد ہی لاسا جا تیار جی فروٹ تیار ہوئے رہے پکوڑے چار مجھے ریڈی ہو ہوں ٹھیک جواب رائے راجی
हम तैयार है। बहुत सही जाप रहा है। हाँ जी जय साहब। सही नान बनाने वाला बंदा तो हूं आया ना, पहले टाइम में खराब ही किते ने नान का हाल है। नहीं गल ना बन कहां सुन कौन जिन्होंने नान। अच्छा जिन्होंने नान है बंदे काफी होंगे उन्होंने हेल्प करने वाले चल मशवरा देने वाले काफी आए। स्पेशल अलवा स्पेशल अज जी चिरके आयो कमे पर दिसी रहे हो या फिर आज सुते रहे हो गड्डी में तकी बाहर तो मैं पता ही पूरे कम देवे तो आने इधर अंदर स्ट्राइक कम नहीं लावे आई काम कर रहे आज मेहमान खसूसी है बोतल तैयारी होगी पैकिंग बोतल आई साहब और नाल शागिर्द रखे हुए आज नाल स्टूडेंट भाली कहते हैं सही जाए दसो तुसन ईमानदारी पर असें पूरा यकीन है कि कोई पकौड़ा घट वध नो करन फिर ईमानदारी अजा अफतारी नहीं होगी जी बिजी बिजी है सारे बिजी है अपने अपने कमे लगे हुए मैं भी अपने कमे लगा हुआ ये भी अपने कमे लगे हुए सारे लगे वाह वाह ये तैयार है अलवा तो नेड़े लगा हुआ उसे तेल तत्ता या बचाए इसका वाह वाह राय साहब वाह कसमें ये कुतु जाए सही रे राय जी बाजी बहुत बिजी सी अंदर 300 तो ज्यादा बंदा सी ते किचने चो नहीं निकलन होया जे बाहर इधर छी कोई कैमरा मारा कोई अगे पिछे कोई बना बस किचने च बाहर निकले आ नमाज पढ़ी फिर मुड़ी दबाया ने किचने वाले पास बाबा जी तो बहु रश सी अज बड़ी आवाम कट्ठी हुई सी इत्थै अल्लाह ताला सारे नु रोजा कबूल करे सारे की सेहत याब रख करे जितने बीमार उन्हें शफाक दे अल्लाह ताला ते बाबा जी दुआ च याद रखे आज बिजी रहे हैं कोई कंप्लीट ना करी सके ते जे थोड़ा बहुत जो बनाया है पसंद आया ने तो लाइक करे सब्सक्राइब करे बाबा जी ते हुण राजा हर किन्नी आए ना अपने वास्ते चाह वो भी थके हुए अपनी भी बस हुई हुई है बिल्कुल छुट्टी हुई हुई है ठीक है अल्लाह सुनने वाला है दुआएं याद रखें।